Happy birthday to you. बहुत मेहनत की थी गल कर आ साडे तो गलत आ गए 50 वाले आ 50 साल ਦਾ ਕਰਤਾ ਬਈ ਨੂੰ ਹੈ ਮੈਂ 50 ਸਾਲ ਦਾ ਬਾਬਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚੱਲ ਕਰ ਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਟ ਹੋਗੇ ਆਪਾਂ ਵੀ ਪੂਰੇ ਵਧੀਆ ਐ ਤੇ ਅੱਜ ਹੈ ਹਨੀ ਦਾ ਬਰਥਡੇ ਹੈਪੀ ਬਰਥਡੇ ਥੈਂਕ ਯੂ ਤੇ ਅਸੀਂ ਤਿਆਰੀ ਕਰਨ ਲੱਗੇ ਆ ਪਹਿਲਾਂ ਸੋਚਿਆ ਕਿ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ ਫੇਰ ਕਰਾਂਗੇ ਹਨਾ ਤੇ ਆ ਦੇਖੋ ਗਵਾਰੇ ਪਤਾ ਯਾਰ ਸਾਡੇ ਤੋਂ ਇੱਕ ਪ੍ਰੋਬਲਮ ਹੋ ਗਈ ਆ ਅਸੀਂ ਹੈਪੀ ਬਰਥਡੇ ਲੈ ਆਂਦਾ ਬਟ 50 ਸਾਲ ਵਾਲਾ ਲੈ ਆਂਦਾ ਮੈਨੂੰ ਬਣਾਦਾ ਬੜਾ ਤੇ ਪਹਿਲੀ ਵਾਰ ਹਨਾ ਨਵੀਂ ਕੰਟਰੀ ਚ ਆਏ ਉੱਥੇ ਸੈਲੀਬ੍ਰੇਟ ਕਰਨਾ ਥੋੜਾ ਕਨਫਿਊਜ਼ ਹੋ ਹੀ ਜਾਂਦਾ ਬੰਦਾ ਹਨਾ ਤਾਂ ਕਰਕੇ ਉਹ ਦੇਖੋ ਹੈਪੀ ਬਰਥਡੇ 50 ਤੇ ਹਜੇ ਤੁਸੀਂ 50 ਨਹੀਂ ਹੋਏ ਨੀ ਸੌਰੀ ਸਾਡੇ ਤੋਂ ਗਲਤੀ ਹੋ ਗਈ ਹਨਾ ਚਲੋ ਮਿਸਟੇਕ ਹੋ ਜਾਂਦੀ ਆ ਫਿਰ ਅਸੀਂ ਸੋਚਿਆ ਆਪਾਂ ਕਿਉਂ ਚੇਂਜ ਕਰਨਾ ਖੋਲ ਵੀ ਲਿਆ ਸੀ ਤਾਂ ਕਰਕੇ ਹੁਣ ਆਪਾਂ 50 ਸਾਲ ਵਾਲੇ ਤੇ ਸੈਲੀਬ੍ਰੇਟ ਕਰਾਂਗੇ ਤੇ ਆ ਸਾਡਾ ਨਿੱਕਾ ਜਿਹਾ ਟੈਡੀ ਇਹ ਵੀ ਅਸੀਂ ਲਿਆਂਦਾ ਬਰਥਡੇ ਲਈ ਤੇ ਸਰਪ੍ਰਾਈਜ਼ ਉਹ ਬਾਅਦ ਚੋਂ ਦਵਾਂਗੇ ਆ ਮੁੰਡੇ ਦੀ ਸ਼ਰਟ ਨਾਲ ਪੂਰੇ ਮੈਚ ਕਰ ਰਹੇ ਨੇ ਬਰਥਡੇ ਲੱਗ ਰਿਹਾ ਮੇਰਾ ਹਾਂ ਬਣਾਇਆ ਇਥੋਂ ਕੇਕ ਦੇਖਦੇ ਆ ਕੇਕ ਦਾ ਪ੍ਰਾਈਜ਼ ਵਗੈਰਾ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਇੱਥੇ ਕੱਟ ਆਪਾਂ ਕੇਕ ਲਿਆਂਦਾ ਬਟ ਛੋਟੇ ਹੀ ਲੈ ਕੇ ਆਂਦਾ ਕਿਉਂਕਿ ਅਸੀਂ ਤਿੰਨ ਤਾਂ ਜਾਣੇ ਆ ਨਾ ਹੈਨਾ ਹੈ ਮੈਂ ਕਿਹਾ ਛੋਟਾ ਹੀ ਕੇਕ ਲੈ ਕੇ ਆਂਦਾ ਤਿੰਨ ਤਾਂ ਨਹੀਂ ਜਾਂਦਾ ਹਜੇ ਤਾਂ ਹਾਂ ਕਿਉਂਕਿ ਤਿੰਨ ਜਾਣੇ ਆ ਤਿੰਨ ਜਾਣੇ ਆ ਤੇ ਨਾਲੇ ਬਹੁਤਾ ਇੰਨਾ ਖਾਦਾ ਵੀ ਨਹੀਂ ਜਾਂਦਾ ਹਾਂ ਕਮਰੇ ਦੀ ਡੈਕੋਰੇਟ ਹੋ ਰਹੀ ਆ ਬਾਬਾ ਦੀਪ ਸਿੰਘ ਜੀ ਦੇ ਸਾਰੇ ਦਰਸ਼ਨ ਕਰੋ ਪਹਿਲਾਂ ਤੇ ਉਹ 50 ਲਿਖ ਲਿਆ ਕਿਉਂਕਿ ਤੁਹਾਨੂੰ ਦੱਸਿਆ ਹੀ ਉਹ ਵਲੌਗ 'ਚ ਕਿ ਅਸੀਂ ਗਲਤ ਲੈ ਆਂਦਾ ਹੈਪੀ ਬਰਥਡੇ ਤੇ ਆਪਾਂ ਫਿਰ ਵੀ ਲਗਾਤਾ 50 ਵਾਲਾ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਹਾਂ ਤੇ ਇੱਧਰ ਦੇਖੋ ਪੂਰਾ ਵਿਆਹ ਵਾਲਾ ਮਾਹੌਲ ਬਣ ਗਿਆ ਹਾਂ ਬਹੁਤ ਸੋਹਣਾ ਲੱਗ ਰਿਹਾ ਡੈਕੋਰੇਟ ਬਹੁਤ ਸੋਹਣੀ ਕੀਤੀ ਭਾਜੀ ਤੁਸੀਂ ਇੱਧਰ ਹਟੋ ਹਣੀ ਇੱਧਰ ਹੋਇਓ ਦੇਖੋ ਤੇ ਹਜੇ ਹੋ ਰਹੀ ਹੈ ਡੈਕੋਰੇਟ ਸਾਡੀ ਥੋੜੀ ਕੰਪਲੀਟ ਹੋਊਗੀ ਕੀ ਹੈਪੀ ਬਰਥਡੇ ਵਾਲਾ ਬਾਈ ਦਾ ਸੁੱਤਾ ਪਿਆ ਹੈ ਬਰਥਡੇ ਬੁਆਏ ਸੁੱਤੇ ਪਏ ਨੇ ਅਸੀਂ ਡੈਕੋਰੇਟ ਕਰ ਲਏ ਹਾਂ ਇੱਧਰ ਵੀ ਲਗਾਤੇ ਆਪਾਂ ਇੱਦਾਂ ਇੱਧਰ ਵੀ ਆ ਜਦੋਂ ਹਣੀ ਅੰਦਰ ਆਉਣਗੇ ਤਾਂ ਉਦੋਂ ਆਪਾਂ ਉਹ ਕਰਾਂਗੇ ਵਿੱਚੇ ਦੇ ਹੈਗੇ ਆ ਨਿਕਲਣਗੇ ਤਾਂ ਬਹੁਤ ਸੋਹਣਾ ਲੱਗਿਆ ਸਾਨੂੰ ਚਲੋ ਵੀ ਜ਼ਿਆਦਾ ਤਾਂ ਨਹੀਂ ਹੋਇਆ ਯਾਰ ਤੂੰ ਫਿਰ ਮੈਂ ਤੈਨੂੰ ਕੋਈ ਨਾ ਪੰਗੇ ਲੈ ਤੇ ਵੀ ਚਲੋ ਥੋੜ੍ਹਾ ਬਹੁਤਾ ਜਿੰਨਾ ਵੀ ਅਸੀਂ ਆਪਦੇ ਵੱਲੋਂ ਪ੍ਰੋਪਰ ਕੀਤਾ ਹੈ ਨਾ ਬਾਕੀ ਇਹਨਾਂ ਨੂੰ ਪਸੰਦ ਨਾ ਆਵੇਂ ਆਪਣੇ ਸੂਟ ਨਾਲ ਮੈਚਿੰਗ ਲੈ ਕੇ ਆਉਂਦੇ ਨੇ ਹਨੀ ਦੀ ਇਸ ਦਾ ਲਿਆਉਣਾ ਸੀ 50 ਲੈ ਆਉਂਦਾ ਲਿਖਿਆ ਹੋਇਆ ਚਲੋ ਕੋਈ ਗੱਲ ਨਹੀਂ ਆਪਾਂ ਉੱਥੇ ਲਗਾਤਾ ਵਾ ਤੇ ਤਿਆਰੀ ਹੋ ਰਹੀ ਆ ਸਾਡਾ ਆ ਆ ਸੀ ਟੈਡੀ ਲੈ ਕੇ ਆਉਂਦਾ ਹਨੀ ਵਾਸਤੇ ਤੇ ਉੱਧਰ ਹੈਪੀ ਬਰਥਡੇ ਲਿਖਿਆ ਹੋਇਆ ਦੇਖੋ ਪੂਰੀ ਤਿਆਰੀ ਸ਼ਿਆਰੀ ਨਾਲ ਅਸੀਂ ਆ ਦੇਖੋ ਡੈਕੋਰੇਟ ਕਰ ਲਿਆ ਵਾ ਕਮਰਾ ਤੇ ਬਰਥਡੇ ਬੁਆਏ ਸੁੱਤੇ ਪਏ ਨੇ ਸੋਹਣਾ ਲੱਗਦਾ ਵਾ ਹਨਾ ਬਾਈ ਲਈ ਸਰਪ੍ਰਾਈਜ਼ ਪਲਾਨ ਕੀਤਾ ਹੈ ਹਾਂ ਆ ਦੀ ਵੀ ਪੈ ਜਾ ਕੁਝ ਇਹ ਇੱਧਰ ਵੀ ਦੇਖੋ ਆ ਵੀ ਦੇ ਫੋੜ ਨੇ ਤਾਂ ਬਾਈ ਤੇ ਆ ਵੀ ਬੜੀ ਹੈ ਨਾ ਫੋੜ ਦੇ ਕਿੱਦਾਂ ਲੱਗਿਆ ਬਾਈ ਫਿਰ ਬੜਾ ਵਧੀਆ ਬਹੁਤ ਮਿਹਨਤ ਕੀਤੀ ਗੱਲ ਕਰ ਆ ਸਾਡੇ ਤੋਂ ਗਲਤ ਆ ਗਏ 50 ਵਾਲੇ ਆ 50 ਸਾਲਾਂ ਦਾ ਕਰਤਾ ਮੈਨੂੰ ਹੈ ਸਾਈਜ਼ ਦੇਖ ਲਿਓ ਸੋਹਣਾ ਵਾ ਦੇਖ ਲਿਓ ਪਾ ਕੇ ਦੇਖਾਂਗੇ
ਲੈ ਸਰਪ੍ਰਾਈਜ਼ ਦੋ ਇਧਰ ਦੇਖੋ ਉਹਨੇ ਸਰਪ੍ਰਾਈਜ਼ ਦਿੱਤਾ ਤੁਹਾਨੂੰ ਤੁਹਾਡੇ ਲਈ ਹੋਰ ਚੀਜ਼ ਆ ਪਿਆਰਾ ਗਿਫਟ ਅੱਛਾ ਤੁਹਾਡੇ ਲਈ ਆ ਆ ਵੀ ਲਿਆ ਕੇ ਦਿੱਤਾ ਥੈਂਕ ਯੂ ਥੈਂਕ ਯੂ ਹਾਂ ਬਹੁਤ ਸੋਹਣਾ ਸੋਹਣਾ ਨਾ ਹਾਂ ਥੈਂਕ ਯੂ देखो केक सारा कुछ लेके आए ऐसे फर्नीचर ऐसे कुछ ले लिखी इधर देखो बैठे नहीं है साडी जगह ही थोड़ी है साडे आप घर में ना सो जगह है ये केक सानू बढ़िया लगया टूटी फूटी केक आ केक का नाम है टूटी फूटी हैप्पी बर्थडे टू यू हैप्पी बर्थडे कर कर बलून हैप्पी बर्थडे टू यू Happy birthday to you. Happy birthday, dear hubby. Happy birthday. बहुत चलिया था. बाबा चलिया था बेटा. और. Happy birthday. केक काट लिया. हाँ. देखो. ਤੇ ਹੁਣ ਗਰਮੀ ਕਰਕੇ ਪਿਘਲੀ ਜਾਂਦਾ ਇੱਥੇ ਗਰਮੀ ਅੱਜ ਬਹੁਤ ਹੋਈ ਪਈ ਹੈ ਟੈਂਪਰੇਚਰ ਹਾਈ ਹੋਇਆ ਪਿਆ ਗਰਮੀ ਦਾ ਤੇ ਛੇਤੀ ਛੇਤੀ ਫ੍ਰਿਜ ਰੱਖੋ ਤੇ ਥੋੜਾ ਰੋਕ ਕੇ ਖਾਂਦੇ ਆ ਫਿਰ ਆਪਾਂ ਠੰਡਾ ਠੰਡਾ ਠੀਕ ਲਓ ਜੀ ਬਰਥਡੇ ਸੈਲੀਬ੍ਰੇਟ ਕਰ ਲਿਆ ਆਪਾਂ ਤੇ ਕੇਕ ਉਹ ਕੱਟ ਲਿਆ ਆ ਮੈਨੂੰ ਬੁੱਢਾ ਬਣਾਤਾ ਇਹਨਾਂ ਨੇ 50 ਸਾਲ ਦਾ ਆ ਪਤਾ ਨਹੀਂ ਕਿਹੜਾ ਸਰਪ੍ਰਾਈਜ਼ ਦਿੱਤਾ ਮੈਨੂੰ 50 ਸਾਲ ਦਾ ਬਣਾ ਕੇ ਰੱਖਤਾ ਵਾ ਆ ਬਲੂਨ ਦੇ ਫਲਾਏ ਸਾਰੇ ਆਹ ਮੈਂ ਫਲਾ ਕੇ ਦੇਤਾ ਚਲੋ ਮੈਂ ਹੈਲਪ ਕਰਤੀ ਇਹਨਾਂ ਦੀ ਵਿੱਚ ਦੀ ਮੈਂ ਚਲ ਮੈਂ ਵੀ ਹੈਲਪ ਕਰ ਦਿੰਦਾ ਸਰਪ੍ਰਾਈਜ਼ ਤਾਂ ਕਹਦਾ ਸੀ ਮੈਨੂੰ ਪਤਾ ਹੀ ਸੀ ਵੀ ਬਰਥਡੇ ਸਾ ਇਹਨਾਂ ਨੇ ਕੇਕ ਕੱਟਣਾ ਤੇ ਇੱਕ ਦੋ ਗਿਫਟ ਮਿਲੇ ਇੱਕ ਮੈਨੂੰ ਟੈਡੀ ਬੀਅਰ ਮਿਲਿਆ ਇੱਕ ਮੈਨੂੰ ਸਵੈਟਸ਼ਰਟ ਮਿਲੀ ਆ ਬਸ ਤੇ ਬਹੁਤ ਸੋਹਣਾ ਸੈਲੀਬ੍ਰੇਟ ਹੋਇਆ ਬਸ ਕਿਹੜਾ ਫਸਟ ਟਾਈਮ ਸੀ ਸਾਨੂੰ ਇੰਨਾ ਇੱਥੋਂ ਦਾ ਹਜੇ ਕੁਛ ਲੈਣ ਖਰੀਦਣਾ ਕਰਨਾ ਜਿਵੇਂ ਆਹ ਬਰਥਡੇ ਸੈਲੀਬ੍ਰੇਸ਼ਨ ਕਰਨ ਵਾਲੀ ਜਿਹੜੀ ਹੁੰਦੀ ਡੈਕੋਰੇਸ਼ਨ ਦੀ ਇਹ ਨਹੀਂ ਪਤਾ ਸੀ ਕਿੱਥੋਂ ਮਿਲਣੀ ਕਿੱਥੋਂ ਨਹੀਂ ਅਤੇ ਜਿੱਥੋਂ ਵੀ ਮਿਲੀ ਆ ਬਟ ਮਿਲ ਗਈ ਸਾਨੂੰ ਸੋਹਣੀ ਚੀਜ਼ ਮਿਲੀ ਆ ਅਤੇ ਹੁਣ ਆਪਾਂ ਖਾਂਦੇ ਹਾਂ ਕੇਕ ਖਾ ਕੇ ਫਿਰ ਆਪਾਂ ਜਾਂਦੇ ਹਾਂ ਬਾਹਰ ਨੂੰ ਪਾਰਕ 'ਚ ਕਿਉਂਕਿ ਅੱਜ ਗਰਮੀ ਪੂਰੀ ਹੋਈ ਪਈ ਇੱਥੇ ਟੈਂਪਰੇਚਰ ਪੂਰਾ ਮੈਨੂੰ ਲੱਗਦਾ ਵੱਧ ਹੀ ਹੋਇਆ ਪਿਆ ਹੈਗਾ ਇੱਥੇ ਅਤੇ ਫਿਰ ਆਪਾਂ ਬਾਹਰ ਜਾਂਦੇ ਹਾਂ ਘੁੰਮਦੇ ਹਾਂ ਬਾਹਰ ਅੱਜ ਮੈਨੂੰ ਛੁੱਟੀ ਆ ਫਿਰ ਮੇਰਾ ਔਫ ਆ ਅਤੇ ਕੱਲ੍ਹ ਜਾਣਾ ਵਾ ਕਿਉਂਕਿ ਮੈਂ ਭੁੱਖ ਲੱਗੀ ਵੀ ਖਾ ਹੀ ਜਾਂਦੇ ਵੀ ਇਹਦੇ ਨਹੀਂ ਭੈਣ ਭਰਾ ਆਹੋ ਬਹੁਤ ਸੋਹਣਾ ਕੀਤਾ ਤੁਸੀਂ ਮੇਰਾ ਬਰਥਡੇ ਮੈਨੂੰ ਯਾਦ ਰਹੂ ਜਿਹੜਾ ਤੁਸੀਂ ਮੈਨੂੰ ਬੁੱਢਾ ਬਣਾਇਆ 50 ਸਾਲਾਂ ਦਾ ਕੀਤਾ ਠੀਕ ਹੈ ਮੈਂ 50 ਦੇ ਨੇੜੇ ਤੇੜੇ ਪਹੁੰਚਣ ਵਾਲੇ ਹਾਂ ਬਰਥਡੇ ਸੈਲੀਬ੍ਰੇਟ ਕਰਕੇ ਆਪਾਂ ਆ ਗਏ ਹਾਂ ਇੰਗਲੈਂਡ ਦੀ ਧਰਤੀ ਤੇ ਬਾਹਰ ਰੂਮ ਚੋਂ ਤੇ ਹੁਣ ਚੱਲੇ ਹਾਂ ਆਪਾਂ ਇਧਰ ਪਾਰਕ ਚ ਪਾਰਕ ਚ ਜਿਵੇਂ ਸਾਡੇ ਲਈ ਬਸ ਇੰਨਾ ਕੀ ਬਥੇਰਾ ਹੁੰਦਾ ਤੇ ਚਲੋ ਕੋਈ ਨਹੀਂ ਨੈਕਸਟ ਟਾਈਮ ਜਦੋਂ ਸੈੱਟ ਜੇ ਹੋ ਗਏ ਨਾ ਉਦੋਂ ਤੁਹਾਨੂੰ ਨੈਕਸਟ ਟਾਈਮ ਅਸੀਂ ਬਹੁਤ ਘੈਂਟ ਸੈਲੀਬ੍ਰੇਟ ਕਰਨਾ ਬਟ ਕਈਆਂ ਨੂੰ ਨਹੀਂ ਚੰਗਾ ਲੱਗਣਾ ਹਨਾ ਉਹ ਉਹਨਾਂ ਦੀ ਮਰਜ਼ੀ ਆ ਬਟ ਸਾਨੂੰ ਬਹੁਤ ਵਧੀਆ ਲੱਗਿਆ ਜੀ ਅਸੀਂ ਤੁਰੀ ਜਾ ਰਹੇ ਹਾਂ ਸਾਨੂੰ ਇਹ ਨਹੀਂ ਪਤਾ ਅਸੀਂ ਕਿੱਥੇ ਜਾ ਰਹੇ ਹਾਂ ਕਿੱਥੇ ਨਹੀਂ ਬਸ ਉੱਦਾਂ ਹੀ ਗੇੜੇ ਛੇੜੇ ਕੱਢੀ ਜਾਂਦੇ ਹਾਂ ਫਿਰਦੇ ਨੇ ਸਾਰੇ ਜਾਣੇ ਹਨੀ ਵੀ ਨੇ ਅਤੇ ਦੇਖਦੇ ਹਾਂ ਅੱਗੇ ਕਿੱਥੇ ਜਾਂਦੇ ਪਏ ਆ ਅਸੀਂ ਨੰਗੀ ਅੰਦਰ ਸੀ ਇੱਥੇ ਗੁਰਦੁਆਰਾ ਸਾਹਿਬ ਦੀ ਅਸੀਂ ਮੱਥਾ ਟੇਕਣ ਨਾਲ ਆ ਗਏ ਸੀ ਅਤੇ ਪ੍ਰਸ਼ਾਦਾ ਹੈ ਸਾਰੇ ਜਾਣੇ ਛਕੋ ਪਰ ਪ੍ਰਸ਼ਾਦਾ ਛਕ ਲਿਆ ਸੀ ਪਰ ਕਹਿੰਦੇ ਇੱਕ ਇੱਕ ਕੌਫੀ ਹੋ ਜਾਵੇ ਮੈਕਡੇ ਵਿੱਚ ਹੈ ਮੈਕਡੇ ਵੀ ਨੇੜੇ ਸੀਗਾ ਅੱਛਾ ਚਲੋ ਜਾਂਦੇ ਅੰਦਰ ਦੇਖ
हाँ जी नेरा सानू काफ़ी हो गया आंदे आंदे नू ते असीं हुण आ गए सी पार्क च ते इधर देखो इन्हां नू कोई पता नहीं हैगा सुते पए ने पार्क च मौज नाल ले आ गए पार्क च सौं गए क्योंकि नाइट शिफ्ट हुंदी अज इन्हां नू छुट्टी सीगी तां करके घर सी ते इन्नी नींद आई जांदी सी घरे असीं गए नहीं असीं जद कर ली वी असीं पार्क ही जाणा पार्क च आपां बैठे सीगे ते इत्थे सौं गए ले तो फिर असी थोड़े टाइम तक घर जाने पार्क च चलो बैठते हैं ना वधिया लगता पे ना हम आप जा रहे हैं घर दुध खत्म से दुध ले आते केले ले आते इधर एप्पल ते कीवी ले आते पॉलीथिन घर भुले आने